ਠੱਗਾਂ ਨੇ ਹੁਣ ਠੱਗੀ ਕਰਨ ਦਾ ਨਵਾਂ ਤਰੀਕਾ ਲੱਭ ਲਿਆ ਤੇ ਇਹ ਠੱਗ ਪੈਟਰੋਲ ਪੰਪ ਦੇ ਮਾਲਕ ਨੂੰ ਹਜ਼ਾਰਾਂ ਦਾ ਚੂਨਾ ਲਗਾ ਕੇ ਰਫੂ ਚੱਕਰ ਹੋ ਗਏ। ਅਕਸਰ ਹੀ ਅਸੀਂ ਵੇਖਦੇ ਹਾਂ ਕਿ ਠੱਗ ਲੁਟੇਰੇ ਪੈਟਰੋਲ ਪੰਪ ਤੇ ਹਥਿਆਰਾਂ ਦੀ ਨੋਕ ਤੇ ਵਾਰਦਾਤ ਨੂੰ ਅੰਜਾਮ ਦਿੰਦੇ ਨੇ, ਪਰ ਇਹਨਾਂ ਠੱਗਾਂ ਨੇ ਸ਼ਰੇਆਮ ਪੈਟਰੋਲ ਪੰਪ ਦੇ ਮਾਲਕ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਗਾ ਕੇ ਹੀ ਲੁੱਟ ਲਿਆ ਅਤੇ ਪੰਪ ਮਾਲਕ ਨੂੰ ਚਕਮਾ ਦੇ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਪੈਟਰੋਲ ਪੰਪ ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀ ਹੈ, ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਲੁਟੇਰੇ ਪੈਟਰੋਲ ਪੰਪ ਤੇ ਆਉਂਦੇ ਨੇ ਤੇ ਟਰਾਲੀ ਲੈ ਕੇ ਆਉਂਦੇ ਨੇ, ਟਰਾਲੀ ਦੇ ਵਿੱਚ ਡਰੰਮ ਰੱਖੇ ਹੁੰਦੇ ਨੇ ਤੇ ਡਰੰਮਾਂ ਦੇ ਵਿੱਚ ਤੇਲ ਭਰਵਾਉਂਦੇ ਨੇ, ਇੱਥੋਂ ਤੱਕ ਇੱਕ ਗੱਡੀ ਦੀ ਵੀ ਟੈਂਕੀ ਫੁੱਲ ਕਰਵਾਉਂਦੇ ਨੇ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਇਹ ਉੱਥੋਂ ਫਰਾਰ ਹੋ ਜਾਂਦੇ ਨੇ। ਇਹ ਘਟਨਾ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਤੇ ਕਸਬਾ ਜੰਡਿਆਲਾ ਗੁਰੂ ਤੋਂ ਸਾਹਮਣੇ ਆਈ ਹੈ, ਜਿੱਥੇ ਦੇਰ ਰਾਤ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਦੋ ਕਾਰਾਂ ਤੇ ਦੋ ਟਰੈਕਟਰ ਟਰਾਲੀਆਂ ਲੈ ਕੇ ਹਾਈਵੇ ਦੇ ਕੋਲ ਪੈਟਰੋਲ ਪੰਪ ਤੇ ਆਏ ਤੇ ਪੰਪ ਮਾਲਕ ਨੂੰ ਹਜ਼ਾਰਾਂ ਦਾ ਚੂਨਾ ਲਗਾ ਕੇ ਰਫੂ ਚੱਕਰ ਹੋ ਗਏ। ਹਾਲਾਂਕਿ ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਇਹਨਾਂ ਠੱਗਾਂ ਦੇ ਚਿਹਰੇ ਵੀ ਨਹੀਂ ਢੱਕੇ ਹੋਏ ਸਨ, ਜਿਨ੍ਹਾਂ ਵੱਲੋਂ ਇਸ ਠੱਗੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਮੌਕੇ ਪੰਪ ਮਾਲਕ ਰਾਜੀਵ ਕੁਮਾਰ ਨੇ ਦੱਸਿਆ ਕਿ ਠੱਗ ਪੰਪ ਉੱਤੇ ਆਏ ਅਤੇ ਪੈਟਰੋਲ ਪੰਪ ਦੇ ਕਰਿੰਦੇ ਨੂੰ ਕਿਹਾ ਕਿ ਸਵਿਫਟ ਕਾਰ ਦੀ ਟੈਂਕੀ ਫੁੱਲ ਕਰ ਦਿਓ ਅਤੇ ਟਰਾਲੀ ਦੇ ਵਿੱਚ ਲੱਦੇ ਡਰੰਮਾਂ ਨੂੰ ਵੀ ਭਰ ਦਿਓ, ਜਿਸ ਦੌਰਾਨ ਉਹਨਾਂ ਨੇ ਲਗਭਗ 850 ਲੀਟਰ ਤੇਲ ਪਵਾਇਆ ਅਤੇ ਕਿਹਾ ਕਿ ਅਸੀਂ ਹੋਰ ਗੱਡੀ ਦੇ ਵਿੱਚ ਵੀ ਤੇਲ ਪਵਾਉਣਾ ਹੈ। ਇਸ ਦੌਰਾਨ ਤਿੰਨ ਠੱਗ ਤੇਲ ਪਵਾ ਕੇ ਮੌਕੇ ਤੋਂ ਰਫੂ ਚੱਕਰ ਹੋ ਗਏ ਤੇ ਤੀਸਰਾ ਵਿਅਕਤੀ ਵੀ ਚਕਮਾ ਦੇ ਕੇ ਪੰਪ ਦੇ ਪਿਛਲੇ ਪਾਸੇ ਤੋਂ ਫਰਾਰ ਹੋ ਗਿਆ ਅਤੇ ਇਹ ਘਟਨਾ ਵੀ ਪੰਪ ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀ ਹੈ ਜਦੋਂ ਇਹ ਸ਼ਖਸ ਭੱਜਦਾ ਹੁੰਦਾ ਨਜ਼ਰ ਆਉਂਦਾ ਹੈ। ਜਦੋਂ ਇਹ ਸ਼ਖਸ ਭੱਜਦਾ ਹੋਇਆ ਨਜ਼ਰ ਆਉਂਦਾ ਹੈ ਤੇ ਕੰਧ ਟੱਪ ਕੇ ਫਰਾਰ ਹੋ ਜਾਂਦਾ ਹੈ। ਇਸ ਮੌਕੇ ਪੰਪ ਮਾਲਕ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਮੁਲਜ਼ਮਾਂ ਦੀ ਭਾਲ ਕੀਤੀ ਜਾਵੇ ਤੇ ਉਹਨਾਂ ਦੇ ਪੈਸੇ ਵੀ ਦਵਾਏ ਜਾਣ ਅਤੇ ਇਹਨਾਂ ਠੱਗਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇ। ਉਹਨਾਂ ਨੇ ਦੱਸਿਆ ਕਿ ਤੇਲ ਦੀ ਕੀਮਤ ਕਰੀਬ 85,000 ਰੁਪਏ ਹੈ। ਇਸ ਸੰਬੰਧੀ ਘਟਨਾ ਦੀ ਸੂਚਨਾ ਮਿਲਣ ਤੇ DSP ਮੌਕੇ ਤੇ ਪਹੁੰਚੇ, ਜਿਨ੍ਹਾਂ ਵੱਲੋਂ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਭਰੋਸਾ ਦਿੱਤਾ ਕਿ ਜਲਦੀ ਹੀ ਮੁਲਜ਼ਮਾਂ ਦੀ ਭਾਲ ਕੀਤੀ ਜਾਵੇਗੀ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇਗੀ। ਜੀ, ਇੱਥੇ ਚਾਰ ਅਣਪਛਾਤੇ ਵਿਅਕਤੀ ਆਏ ਜੀ, ਦੋ ਸਵਿਫਟ ਕਾਰ ਤੇ ਸੀਗੇ, ਦੋ ਟਾਟਾ ਟਰਾਲੀ ਦੇ ਸੀਗੇ ਜੀ। ਇਹ ਡਰੰਮਾਂ ਦੇ ਵਿੱਚ ਤਕਰੀਬਨ 800-850 ਲੀਟਰ ਤੇਲ ਪਾ ਕੇ ਭੱਜ ਗਏ ਜੀ। ਪਹਿਲਾਂ ਇਹਨਾਂ ਨੇ ਕਿਹਾ ਕਿ ਸਾਡਾ ਕੋਈ ਹੋਰ ਗੱਡੀ ਆ ਰਹੀ, ਉਹਦੇ ਵਿੱਚ ਹੋਰ ਪਵਾਉਣਾ ਵਾ, ਸਾਨੂੰ ਇਕੱਠੀ ਪੇਮੈਂਟ ਕਰਦੇ ਹਾਂ। ਉਸ ਤੋਂ ਬਾਅਦ ਇੱਦਾਂ ਜੀ ਇੱਕ ਡਗਰ ਗੱਡੀ ਭਰਾ ਕੇ ਟਰੈਕਟਰ ਵਾਲੀ ਸਾਈਡ ਤੇ ਕਰ ਲਿਆ ਵਾ, ਮਗਰ ਉਹ ਗੱਡੀ ਭਰਾ ਕੇ ਉਹ ਵੀ ਸਾਈਡ ਤੇ ਕਰ ਲਈ, ਸਾਰੇ ਭਜਾ ਕੇ ਲੈ ਗਏ ਆ ਜੀ। ਜਿਹੜਾ ਇੱਕ ਬੰਦਾ ਇਹਨਾਂ ਨੂੰ ਮੇਨ ਪਿੰਡਾ ਖਿਲਾ ਰਿਹਾ, ਉਹ ਪਿੱਛੋਂ ਕੰਧ ਡੱਬ ਕੇ ਭੱਜ ਗਿਆ ਜੀ ਇਹਨਾਂ ਦੇ ਨਾਲ। ਤਕਰੀਬਨ ਸਾਡਾ 80-70 ਹਜ਼ਾਰ ਰੁਪਏ ਸਾਡੇ ਨਾਲ ਡੁੱਟ ਹੋਈ ਜੀ ਰਾਤ ਨੂੰ। ਨਹੀਂ ਜੀ, ਉਹਨਾਂ ਕੋਲ ਹਥਿਆਰ ਕੁਛ ਨਹੀਂ, ਉਹਨਾਂ ਗੱਡੀਆਂ 'ਚ ਹੋ ਸਕਦਾ, ਉਹ ਨਹੀਂ ਕੁਛ ਕਹਿ ਸਕਦੇ ਪਾ ਕਿ ਉਹਨਾਂ ਦੀ ਗੱਡੀਆਂ 'ਚ ਹੋ ਸਕਦਾ, ਸਾਡੇ ਇੱਦਾਂ ਆਮ ਨਹੀਂ ਸੀਗਾ ਉਹਨਾਂ ਕੋਲ ਹੈਗਾ ਜੀ। ਬਹੁਤ ਜੀ, ਇਸ ਮਹੀਨੇ ਦੇ ਵਿੱਚ ਸਾਡੇ ਪੰਪ ਦੇ ਘੱਟੋ ਘੱਟ 10-15 ਵਾਰੀ ਹੋ ਚੁੱਕੀਆਂ ਜੀ। ਕਦੀ ਗੱਡੀ ਤੇਲ ਪਾ ਕੇ ਭੱਜਦੀ, ਕਦੀ ਮੋਟਰਸਾਈਕਲ ਤੇਲ ਪਾ ਕੇ ਭੱਜਦੇ, ਕਦੀ ਸਾਡੇ ਪੰਪਾਂ ਦੇ ਗੱਡਰ ਢੱਕਣ ਸਾਰੇ ਪਲੇਟਾਂ ਚੁੱਕੀਆਂ ਗਈਆਂ ਜੀ, ਤੇ ਕੋਈ ਵੀ ਹਲੇ ਤੱਕ ਸੁਣਵਾਈ ਨਹੀਂ ਹੈਗੀ। ਮੰਗ ਕਰਦੇ ਕਿ ਸਾਨੂੰ ਸਾਡੇ ਅਸੀਂ ਆਪਣਾ ਕਾਰੋਬਾਰ ਕਰੀਏ, ਇਹਨਾਂ ਦੇ ਪਿੱਛੇ ਭਾਜੀ ਰਾਤੀ 2-2-3 ਵਜੇ ਤੱਕ ਇਹਨਾਂ ਦਾ ਪਿੱਛਾ ਕਰਦੇ ਲੱਭਦੇ ਰਹਿੰਦੇ ਹਾਂ ਜੀ ਅਸੀਂ। ਕੀ ਕਾਰੋਬਾਰ ਕਰੀ, ਆਏ ਦਿਨ ਸਾਡੇ ਕੋਈ ਨਾ ਕੋਈ ਵਾਰਦਾਤ ਹੁੰਦੀ ਜੀ। ਲੋਕਾਂ ਨੇ ਸਿਸਟਮ ਹੀ ਫੜ ਲਿਆ ਜੀ, ਪਹਿਲਾਂ ਪੈਸੇ ਮੰਗ ਲਓ, ਅੱਗੇ ਲੜਨ ਨੂੰ ਪੈਂਦੇ ਆ ਜੀ ਕਿ ਪਹਿਲਾਂ ਪੈਸੇ ਨਹੀਂ ਦੇਣੇ, ਤੇ ਬਾਅਦ ਚੋਂ ਗੱਡੀਆਂ 'ਚ ਤੇਲ ਪਾ ਕੇ ਭੱਜ ਜਾਂਦੇ ਜੀ। ਜੀ ਬਹੁਤ ਜ਼ਿਆਦਾ ਪਰੇਸ਼ਾਨ ਹੈ ਜੀ, ਇਸ ਮਹੀਨੇ ਦੇ ਵਿੱਚ 15-20 ਵਾਰੀ ਸਾਡੇ ਨਾਲ ਕੰਮ ਹੋ ਚੁੱਕਾ ਜੀ, ਰਾਤੀ ਦੇ ਇਹਨਾਂ ਨੇ ਬਹੁਤ ਵੱਡਾ ਹੀ ਕੰਮ ਕਰ ਦਿੱਤਾ ਜੀ। ਸਾਰੀ ਸੀਸੀਟੀਵੀ ਫੁਟੇਜ ਆਈ ਹੈ ਜੀ ਇਹਨਾਂ ਦੇ ਵਿੱਚ, ਹਾਲੇ ਕੋਈ ਇਹਨਾਂ ਦੀ ਪਛਾਣ ਨਹੀਂ ਆ ਰਹੀ ਜੀ ਇਹਨਾਂ ਨੂੰ ਕੋਈ ਵੀ।
ਵੀਡੀਓ ਇਹਨਾਂ ਦੀ ਬਣੀ ਹੈ ਜੀ। ਬਸ ਬਿਆਨ ਲਿਖ ਕੇ ਪਰਚਾ ਦੇ ਰਹੇ ਹਾਂ ਟਰਾਲੀ ਦੇ ਉੱਤੇ, ਤੁਸੀਂ ਵੀ ਦੇਖ ਹੀ ਲਿਆ ਚਾਰ ਬੰਦੇ ਆਏ ਆ, ਇੱਕ ਟਰੈਕਟਰ 'ਤੇ ਸੀ, ਦੋ ਤਿੰਨ ਕਾਰ ਦੇ ਵਿੱਚ, ਉਹਨਾਂ ਨੇ ਤਿੰਨ ਡਰੰਮ ਭਰਵਾਏ ਆ, ਇੱਕ ਗੱਡੀ ਦੇ ਵਿੱਚ ਸਵਿਫਟ ਡਿਜ਼ਾਇਰ ਹੈਗੀ ਆ ਛੋਟੀ ਡਿੱਗੀ ਵਾਲੀ, ਉਹਦੇ ਵਿੱਚ ਤੇਲ ਪਵਾ ਕੇ ਉਹ ਬਿਨਾਂ ਪੈਸੇ ਦਿੱਤੇ ਦੌੜ ਗਏ। ਉਹਦਾ ਅਸੀਂ ਕਿੰਨੇ ਜਣੇ ਬੰਦੇ ਹੈਗੇ ਸੀ? ਚਾਰ ਚਾਰ ਲੱਗਦੇ ਆ, ਚਾਰ ਹੀ ਦੱਸਿਆ ਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਵਾਰਦਾਤਾਂ ਜਿਹੜੀਆਂ ਹੋਈਆਂ ਵਾ, ਹੁਣ ਤੱਕ ਦੀ ਉਹਨਾਂ ਉੱਪਰ ਕੀ ਕਾਰਵਾਈ ਕੀਤੀ ਗਈ ਹੈ? ਪਹਿਲਾਂ ਦਾ ਤਾਂ ਇਹਨਾਂ ਦੀ ਕੋਈ ਮੇਰੇ ਤਾਂ ਨੋਟਿਸ ਨਹੀਂ ਗਿਆ ਇਹੋ ਜਿਹੀ ਪਹਿਲਾਂ ਦੀ, ਲੇਕਿਨ ਜਿਹੜੀ ਵੀ ਨੋਟਿਸ ਆਉਂਦੀ ਇਮੀਡੀਏਟ ਪਰਚਾ ਦੇ ਕੇ ਤਾਂ ਉਹਦੀ ਕਾਰਵਾਈ ਕਰੀਦੀ ਹੈ। ਪਰ ਸੀਸੀਟੀਵੀ ਫੁਟੇਜ ਸਾਹਮਣੇ ਆਇਆ? ਹਾਂਜੀ ਹਾਂਜੀ, ਆ ਤੁਹਾਡੇ ਸਾਹਮਣੇ ਹੀ ਆ, ਉਹ ਦੇਖ ਰਹੇ ਆ ਅੰਮ੍ਰਿਤਸਰ ਸਾਈਡ ਦੀ ਇਧਰਲੀ ਸਾਈਡ ਨੂੰ ਗਏ ਆ ਉਹ ਟਰੈਕਟਰ ਟਰਾਲੀ 'ਤੇ। ਕਿੰਨੇ ਦਾ ਜਿਹੜਾ ਤੇਲ ਪਵਾਇਆ ਗਿਆ ਜੀ? ਲਗਭਗ 75 ਤੋਂ 80 ਹਜ਼ਾਰ ਦੇ ਵਿੱਚ ਹੈਗਾ।